ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ Harika Job Alert ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ پی ਟ੍ਰਿਪਲ ਐਸ ਵੀ ਤੋਂ ਧੜਾ ਧੜਾ ਅਪਡੇਟਸ ਆ ਰਹੀਆਂ ਨੇ ਸਿਲੇਬਸ ਆ ਰਹੇ ਲਗਭਗ ਸਾਰੀਆਂ ਪੋਸਟਾਂ ਦਾ ਸਿਲੇਬਸ ਆ ਚੁੱਕਿਆ ਜਿਹੜੀਆਂ 2022 ਦੀਆਂ ਭਰਤੀਆਂ ਨੇ ਜਿਹੜੇ ਵੱਖ-ਵੱਖ ਤਰ੍ਹਾਂ ਦੇ 2022 ਦੇ ਇਸ਼ਤਿਹਾਰ ਸੀ ਸਾਰਿਆਂ ਦਾ ਸਿਲੇਬਸ ਲਗਭਗ ਆਊਟ ਹੋ ਚੁੱਕਿਆ ਤੇ ਲਾਇਬ੍ਰੇਰੀਅਨ ਦੀ ਭਰਤੀ ਸੰਬੰਧੀ ਸਿਲੇਬਸ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ 네ਗੇਟਿਵ ਮਾਰਕਿੰਗ ਦਾ ਪੈਟਰਨ ਆ ਬਾਕੀ ਪੋਸਟਾਂ ਵਾਂਗੂ ਹੀ ਆ 2 ਘੰਟੇ ਦੀ ਟਾਈਮਿੰਗ ਆ ਜੀ 0.25 ਦੀ 네ਗੇਟਿਵ ਮਾਰਕਿੰਗ ਆ ਇੱਕ ਨੰਬਰ ਦਾ ਇੱਕ ਕੁਐਸਚਨ ਹੋਏਗਾ ਤੇ 120 ਕੁਐਸਚਨ ਤੁਹਾਨੂੰ ਆਉਣੇ ਆ ਇਹਦੇ ਵਿੱਚ 120 ਮਾਰਕਸ ਹੈ ਜੀ ਜਿਹਦੇ ਵਿੱਚ ਜੀਕੇ ਕਰੰਟ ਅਫੇਅਰ ਇੰਗਲਿਸ਼ ਪੰਜਾਬੀ ਰੀਜ਼ਨਿੰਗ ਮੈਂਟਲ ਅਬਿਲਿਟੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇਨ ਲਾਇਬ੍ਰੇਰੀ ਐਂਡ ਕੰਪਿਊਟਰ ਲਾਇਬ੍ਰੇਰੀ ਸਾਇੰਸ ਠੀਕ ਹੈ ਇਹ ਲਾਇਬ੍ਰੇਰੀ ਦੇ ਇਹਦੇ ਵਿੱਚ ਤੁਹਾਨੂੰ ਘੱਟੋ ਘੱਟ 90 ਕੁਐਸਚਨ ਆਉਣੇ ਆ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਿਟੀ ਦੇ 10 ਕੁਐਸਚਨ ਹੈ ਜੀ ਜੀਕੇ ਕਰੰਟ ਅਫੇਅਰ ਦੇ 10 ਹੈ ਇੰਗਲਿਸ਼ ਤੇ 5 ਹੈ ਤੇ ਪੰਜਾਬੀ ਦੇ 5 ਹੈ ਤੇ ਲਾਇਬ੍ਰੇਰੀ ਸਾਇੰਸ ਦੇ ਤੁਹਾਨੂੰ 90 ਕੁਐਸਚਨ ਹੈ ਜੀ ਤੇ ਲਾਇਬ੍ਰੇਰੀ ਸਾਇੰਸ ਦੇ ਵਿੱਚ ਇਹਨਾਂ ਦੇ ਵੱਖਰੇ ਵੱਖਰੇ ਜਿਹੜੇ ਟੌਪਿਕ ਆ ਜਿਹਨਾਂ ਨੇ ਵੀ ਲਾਇਬ੍ਰੇਰੀ ਦੀ ਪੜ੍ਹਾਈ ਕੀਤੀ ਹੋਈ ਆ ਬੀਲੀ ਵਗੈਰਾ ਕੀਤੀ ਹੋ ਉਹਨਾਂ ਨੂੰ ਪਤਾ ਹੋਵੇ ਇਸੇ ਦਾ ਠੀਕ ਹੈ ਜੀ ਤੇ ਇਹ ਆਪਣਾ ਤੁਸੀਂ ਚੈੱਕ ਕਰ ਲੈਣਾ ਤੇ ਉਸ ਤੋਂ ਬਾਅਦ ਜੂਨੀਅਰ ਡਰਾਫਟਸਮੈਨ ਦੀ ਜਿਹੜੀ ਭਰਤੀ ਆ ਜੀ ਜੂਨੀਅਰ ਡਰਾਫਟਸਮੈਨ ਦਾ ਵੀ ਸਿਲੇਬਸ ਆ ਚੁੱਕਿਆ ਤੇ ਜੂਨੀਅਰ ਡਰਾਫਟਸਮੈਨ ਦੀ ਗੱਲ ਕਰੀਏ ਤਾਂ 0.25 네ਗੇਟਿਵ ਮਾਰਕਿੰਗ ਹੈ ਜੀ ਫਾਰ ਐਵਰੀ ਰੋਂਗ ਅਨਸਰ ਤੇ ਈਚ ਕੁਐਸਚਨ ਕੈਰੀਜ਼ 1 ਮਾਰਕ 2 ਘੰਟੇ ਦੀ ਟਾਈਮਿੰਗ ਹੈ ਜੀ ਤੇ 90 ਕੁਐਸਚਨ ਤੁਹਾਡੇ ਪਾਰਟ A ਦੇ ਵਿੱਚ ਆਉਣੇ ਆ ਤੇ 30 ਕੁਐਸਚਨ ਤੁਹਾਡੇ ਪਾਰਟ B ਚ ਆਉਣੇ ਆ ਟੋਟਲ 120 ਕੁਐਸਚਨ 120 ਮਾਰਕਸ ਦੇ ਇਹਨੇ ਦੱਸਿਆ ਕਿ ਫਾਰ ਦਾ ਪੋਸਟ ਆਫ ਜੂਨੀਅਰ ਡਰਾਫਟਸਮੈਨ ਇਲੈਕਟ੍ਰੀਕਲ অর ਮੈਕੈਨিক্যাল ਪਾਰਟ A ਕੰਟੇਨਸ ਕੁਐਸਚਨ ਫ্রম ਦਾ ਸਬਜੈਕਟਸ ਨੇਮਲੀ ਮੈਕੈਨিক্যাল ਐਂਡ ਇਲੈਕਟ੍ਰੀਕਲ ਕੈਂਡੀਡੇਟਸ ਕੈਨ ਅਟੈਂਪਟ ਐਨੀ ਆਫ ਦਾ ਅਬਵ ਮੈਂਸ਼ਨਡ ਸਬਜੈਕਟਸ ਠੀਕ ਹੈ ਤਾਂ ਇਹਨੇ ਦੱਸਿਆ ਕਿ ਪਾਰਟ A ਦੇ ਵਿੱਚ ਜਿਹੜੇ ਕੁਐਸਚਨਸ ਨੇ ਉਹਦੇ ਵਿੱਚ ਮੈਕੈਨিক্যাল ਦੇ ਇਲੈਕਟ੍ਰੀਕਲ ਜਿਹੜਾ ਦੋਨਾਂ ਦਾ ਦਿੱਤਾ ਗਿਆ ਠੀਕ ਹੈ ਤੇ ਉਹ ਤੁਸੀਂ ਅੱਗੇ ਦੇਖ ਲੈਣਾ ਹੁਣ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਜੂਨੀਅਰ ਡਰਾਫਟਸਮੈਨ ਸਿਵਲ ਦਾ ਦਿੱਤਾ ਗਿਆ ਜੀ ਸਿਵਲ ਦੇ ਜਿਹੜੇ ਟੌਪਿਕਸ ਆ ਜੀ ਇਹਦੇ ਵਿੱਚ ਸਿਲੇਬਸ ਦੇ ਇਹ ਚੈੱਕ ਕਰ ਲੈਣਾ ਤੁਸੀਂ ਸਾਰਾ ਉਸ ਤੋਂ ਬਾਅਦ ਪਾਰਟ ਏ ਦੇ ਵਿੱਚ ਹੀ ਜੇ ਗੱਲ ਕਰੀਏ ਤਾਂ ਜਿਵੇਂ ਅਲੱਗ-ਅਲੱਗ ਇਹਦੇ ਵਿੱਚ ਟਰੇਡ ਸੀਗੀਆਂ ਜਿਵੇਂ ਸਿਵਲ ਸੀ ਉਸੇ ਤਰ੍ਹਾਂ ਇਹਦੇ ਵਿੱਚ ਇਲੈਕਟ੍ਰੀਕਲ ਮਕੈਨਿਕਲ ਸੀ ਤਾਂ ਇਹਦੇ ਵਿੱਚ ਇਲੈਕਟ੍ਰੀਕਲ ਤੇ ਮਕੈਨਿਕਲ ਦਾ ਜਿਹੜਾ ਸਿਲੇਬਸ ਦਿੱਤਾ ਗਿਆ ਉਸ ਤੋਂ ਬਾਅਦ ਤੁਹਾਡਾ ਜਨਰਲ ਪਾਰਟ ਆ ਜਾਂਦਾ ਜੀ ਇਹਦੇ ਵਿੱਚ ਜਨਰਲ ਪਾਰਟ ਚ ਜੀਕੇ ਕਰੰਟ ਅਫੇਅਰ 10 ਕੁਐਸਚਨ ਹੈ ਲੋਜੀਕਲ ਰੀਜਨਿੰਗ ਮੈਂਟਲ ਅਬਿਲਿਟੀ ਦੇ 10 ਆ ਇੰਗਲਿਸ਼ ਦੇ 5 ਆ ਤੇ ਪੰਜਾਬੀ ਦੇ ਤੁਹਾਡੇ 5 ਕੁਐਸਚਨ ਆ ਤੇ ਟੋਟਲ 30 ਬਣਦੇ ਆ ਜਨਰਲ ਪਾਰਟ ਚੋਂ ਤੇ 120 ਕੁਐਸਚਨ ਤੁਹਾਡੇ ਟੋਟਲ ਬਣਦੇ ਆ ਉਸ ਤੋਂ ਬਾਅਦ ਸਰਵੇਅਰ ਦਾ ਸਿਲੇਬਸ ਹੈ ਜੀ ਸਰਵੇਅਰ ਦੀ ਭਰਤੀ ਸੀਗੀ ਸਰਵੇਅਰ ਦੇ ਵਿੱਚ 0.25 네ਗੇਟਿਵ ਮਾਰਕਿੰਗ ਹੈ ਫਾਰ ਏਵਰੀ ਰੋਂਗ ਆਨਸਰ ਤੇ ਈਚ ਕੁਐਸਚਨ ਕੈਰੀਜ਼ 1 ਮਾਰਕ ਤੇ ਟੈਸਟ ਦੀ ਡਿਊਰੇਸ਼ਨ 2 ਘੰਟੇ ਦੀ ਟਾਈਮਿੰਗ ਹੈ ਜੀ 90 ਕੁਐਸਚਨ ਸਿਲੇਬਸ ਦੇ ਵਿੱਚੋਂ ਹੈ ਸਬਜੈਕਟ ਸਿਲੇਬਸ ਚੋਂ ਤੇ 30 ਕੁਐਸਚਨ ਜਨਰਲ ਪਾਰਟ ਚੋਂ ਹੈ ਟੋਟਲ 120 ਕੁਐਸਚਨ 120 ਮਿੰਟ ਦੇ 120 ਮਾਰਕਸ ਦੇ ਹੋਣੇ ਆ ਤੇ ਇਹਦੇ ਵਿੱਚ ਦੋਸਤੋ ਜੇ ਗੱਲ ਕਰੀਏ ਸਬਜੈਕਟ ਸਿਲੇਬਸ ਦੀ ਤਾਂ ਸਰਵੇਅਰ ਦਾ ਟੌਪਿਕ ਵਾਈਜ਼ ਸਿਲੇਬਸ ਡਿਸਕ੍ਰਾਈਬ ਇੱਥੇ ਕੀਤਾ ਗਿਆ ਤੁਸੀਂ ਚੈੱਕ ਕਰ ਲੈਣਾ ਪਾਰਟ B ਦਾ ਵੀ ਸਿਲੇਬਸ ਡਿਸਕ੍ਰਾਈਬ ਕੀਤਾ ਗਿਆ ਜੀਕੇ 10 ਰੀਜ਼ਨਿੰਗ ਮੈਂਟਲ ਅਬਿਲਟੀ ਦਾ 5 ਇੰਗਲਿਸ਼ 5 ਤੇ ਪੰਜਾਬੀ 5 ਉਸ ਤੋਂ ਬਾਅਦ ਬਿਲਕੁਲ ਆਸਤੇ ਆ ਜਾਂਦਾ ਜੀ ਕਲਰਕ ਲੀਗਲ ਦਾ ਲੀਗਲ ਕਲਰਕ ਦੀ ਜਿਹੜੀ ਭਰਤੀ ਸੀਗੀ ਉਹਦਾ ਸਿਲੇਬਸ ਹੈ ਜੀ ਤੇ ਇਹਦੇ ਚ ਵੀ 네ਗੇਟਿਵ ਮਾਰਕਿੰਗ ਆ 0.25 ਦੀ ਤੇ ਇੱਕ ਨੰਬਰ ਦਾ ਇੱਕ ਕੁਐਸਚਨ ਆ ਜੀ 2 ਘੰਟੇ ਦੀ ਡਿਊਰੇਸ਼ਨ ਆ 90 ਕੁਐਸਚਨ ਤੁਹਾਡੇ ਸਬਜੈਕਟ ਸਿਲੇਬਸ ਤੋਂ ਆਉਣੇ ਆ ਤੇ 30 ਕੁਐਸਚਨ ਤੁਹਾਡੇ ਜਨਰਲ ਪਾਰਟ ਤੋਂ ਆਉਣੇ ਆ 120 ਕੁਐਸਚਨ ਟੋਟਲ 120 ਮਾਰਕਸ ਦੇ ਤੇ ਤੁਸੀਂ ਪਾਰਟ ਏ ਦਾ ਦੇਖ ਸਕਦੇ ਹੋ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਠੀਕ ਆ ਟਾਪਿਕ ਨੇ ਜੀ ਇੰਡੀਅਨ ਪੈਨਲ ਕੋਡ ਇੰਡੀਅਨ ਐਵੀਡੈਂਸ ਐਕਟ ਕੋਡ ਆਫ ਸਿਵਲ ਪ੍ਰੋਸੀਜਰ ਠੀਕ ਆ ਕਾਫੀ ਸਾਰੇ ਜਿਹੜੇ ਲੀਗਲ ਦੇ ਟੌਪਿਕਸ ਆ ਤਮਾਮ ਟੌਪਿਕਸ ਉਹ ਦੇ ਦਿੱਤੇ ਗਏ ਉਸ ਤੋਂ ਬਾਅਦ ਜਨਰਲ ਪਾਰਟ ਹੈ ਜੀ ਜੀ ਕੇ ਕਰੰਟ ਅਫੇਅਰ 10 ਕੁਐਸਚਨ ਰੀਜ਼ਨਿੰਗ ਮੈਂਟਲ ਬਿਲਟੀ 10 ਹੈ ਜੀ ਇੰਗਲਿਸ਼ 5 ਅਤੇ ਪੰਜਾਬੀ 5 ਹੈ ਤੇ ਇਹ ਸੀਗਾ ਦੋਸਤੋ ਜਿਹੜੀਆਂ ਚਾਰ ਲੇਟੈਸਟ ਪੋਸਟਾਂ ਦਾ ਸਿਲੇਬਸ ਆ ਇਸ ਤੋਂ ਇਲਾਵਾ ਜੇ ਹੋਰ ਵੀ ਕਿਸੇ ਪੋਸਟ ਦਾ ਸਿਲੇਬਸ ਆਉਂਦਾ ਤਾਂ ਤੁਹਾਡੇ ਤੱਕ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਟੈਲੀਗ੍ਰam ਚੈਨਲ ਤੇ ਅਪਡੇਟ ਪਹਿਲਾਂ ਆ ਜਾਂਦੀ ਹੁੰਦੀ ਆ ਟੈਲੀਗ੍ਰam ਚੈਨਲ ਜੁਆਇਨ ਕਰ ਲਓ ਜਿਨ੍ਹਾਂ ਨੇ ਹਾਲ ਤੱਕ ਜੁਆਇਨ ਨਹੀਂ ਕੀਤਾ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਤੇ ਬਾਕੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਧੰਨਵਾਦ ਦੋਸਤੋ ਸਸਿਕਾ